Z5 ऐप डाउनलोड करो ते देखो पूरे एपिसोड बिल्कुल फ्री। जे हम लुटा इस कार विच आ गया ते की होगा? तुसी दस दो पापा जी, की होगा जो इस परिवार दा हिस्सा बन जूगा? तुसी केड़ी गल तो डरदे पे हो? असी डरदे हां मेरा परिवार दी इज्जत लई, ओदे नाम वास्ते। जे ओ मुंडा इस घर विच रहण लग गया ते लोकी दा साडे उत्ते थू थू करनगे ना। ते उत्तो जेके साहब जो तो रोज सम्राट का मुंह वेखणगे, जेड़ा उन्हां दा दिल दुखेगा वो अड। मॉम सही कह रहे ने गीत भाभी, असी भी सारे बचपन तो देखते आ रहे हैं पापा नू दादी माँ करके परेशान होंदे आ। ते शायद शायद इसे गल करके पापा ते दादी माँ दे रिश्ते विच कई सालां तक दूरी बनी रही। ते अज तुसी दोबारा उस सम्राट नू इस घर विच लिया के पापा दे दिल दे उही दर्द नू जगाउणा चाहुंदे हो? ਇਹ ਨਹੀਂ ਹੋ ਸਕਦਾ ਗੀਤ। ਅੱਗੇ ਹੀ ਤੇਰੇ ਮੁੜ ਕੇ ਆਉਣ ਤੋਂ ਬਾਅਦ ਇੰਨੇ ਸਾਲਾਂ ਬਾਅਦ ਮੇਰਾ ਪਰਿਵਾਰ ਨੇ ਖੁਸ਼ੀਆਂ ਦਾ ਮੂੰਹ ਦੇਖਿਆ ਤੇ ਤੂੰ ਇਹ ਖੁਸ਼ੀਆਂ ਦਾ ਗਲਾ ਘੁੱਟਣ ਨੂੰ ਕਹਿ ਰਹੀ ਹੈ? ਚਾਚਾ ਜੀ, ਸਿਆਣੇ ਕਹਿੰਦੇ ਨੇ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਦੁੱਗਣੀਆਂ ਤਿਗਣੀਆਂ ਹੋ ਜਾਂਦੀਆਂ ਨੇ। ਫਿਰ ਜੇ ਆਪਾਂ ਕਿਸੇ ਨੂੰ ਉਹਦਾ ਹੱਕ ਦੇ ਦੇਵਾਂਗੇ ਤੇ ਇਹਦੇ ਵਿੱਚ ਸਾਡੀ ਖੁਸ਼ੀ ਕਿੱਦਾਂ ਘੱਟ ਸਕਦੀ? ਪਾਪਾ ਜੀ, ਤੁਸੀਂ ਦੱਸੋ, ਕਿਸੇ ਨੂੰ ਖੁਸ਼ੀ ਦੇਣ ਨਾਲ ਬੰਦੇ ਦੀ ਆਪਣੀ ਰੂਹ ਤਾਂ ਖੁਸ਼ ਹੋ ਜਾਂਦੀ ਹੈ ਨਾ, ਖਿੜ ਜਾਂਦੀ ਹੈ ਨਾ। ਤੂੰ ਤਾਂ ਰਹਿ ਨਹੀਂ ਦੇਗੀ, ਤੇਰੀ ਤਾਂ ਖਬਰੇ ਸਾਰਿਆਂ ਨੂੰ ਦੁਖੀ ਕਰਕੇ ਰੂਹ ਖਿੜਦੀ ਹੈ, ਹੋਰ ਕਿੰਨਾ ਦਿਲ ਦੁਖਾਏਗੀ ਸਾਰਿਆਂ ਦਾ। ਉਸ ਓਪਰੇ ਮੁੰਡੇ ਨੂੰ ਖੁਸ਼ ਕਰਨ ਦੀ ਬੜੀ ਕਾਲੀ ਹੈ ਤੈਨੂੰ, ਭਾਵੇਂ ਉਹਦੇ ਵੱਟੇ ਸਾਰਾ ਮੇਰਾ ਪਰਿਵਾਰ ਦੁਖੀ ਰਵੇ, ਹੈ ਨਾ। ਹੁਣ ਦੇਖ ਲਓ ਸਾਰੇ ਜਾਣੇ ਬੜਾ ਗੀਤ ਗੀਤ ਕਰਦੇ ਰਹਿੰਦੇ ਸੀ ਨਾ, ਸਪੈਸ਼ਲੀ ਇਹਨੂੰ ਵਾਪਸ ਬੁਲਾਇਆ ਸੀ ਇਸ ਘਰ ਨੂੰ ਜੋੜਨ ਲਈ, ਤੇ ਇਹਨੇ ਇੱਥੇ ਆ ਕੇ ਕੀ ਕੀਤਾ? ਇਸੇ ਘਰ ਨੂੰ ਤੋੜਨ ਦੀ ਗੱਲ ਕਰ ਦਿੱਤੀ ਇਹਨੇ, ਹੈ ਨਾ। ਇਹ ਵੀ ਨਹੀਂ ਸੋਚਦੀ ਕਿ ਸਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਕਿੰਨਾ ਸਦਮਾ ਲੱਗਿਆ ਮੰਮੀ ਜੀ ਦੀ ਇਹ ਗੱਲ ਸੁਣ ਕੇ। ਮੈਂ ਤਾਂ ਮੰਮੀ ਜੀ ਤੇ ਹੈਰਾਨ, ਹੱਦ ਹੀ ਕਰ ਦਿੱਤੀ ਉਹਨਾਂ ਨੇ ਤਾਂ, ਐਡੀ ਵੱਡੀ ਗੱਲ ਕੋਈ ਸਾਡੇ ਕੋਲੋਂ? ਹਾਂ ਗੀਤ, ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਸਦਮਾ ਲੱਗਿਆ। ਹੁਣ ਤਾਂ ਇਸ ਗੱਲ ਇੱਥੇ ਠੱਪ ਕਰ ਦੇ, ਜੋ ਮੰਮੀ ਜੀ ਦੇ ਦਿਲ ਵਿੱਚ ਸੀ ਉਹਨਾਂ ਨੇ ਸਾਨੂੰ ਕਹਿ ਦਿੱਤਾ ਹੈ, ਤੇ ਨਾਲ ਇਹ ਵੀ ਗੱਲ ਜ਼ਰੂਰੀ ਨਹੀਂ ਹੈ ਮੰਮੀ ਜੀ ਦੇ ਦਿਲ ਦੀ ਹਰ ਗੱਲ ਨੂੰ ਮੰਨਿਆ ਜਾਵੇ। ਅਸੀਂ ਇਸ ਮੁੱਦੇ ਤੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਪਰ ਪਾਪਾ ਜੀ, ਤੁਸੀਂ ਇੱਕ ਵਾਰ ਦਾਦੀ ਬਾਰੇ ਤਾਂ ਸੋਚੋ, ਸਾਰੇ ਜਣੇ ਮੇਰੇ ਆਪਣੇ ਹੋ, ਤੁਹਾਡੇ ਸਾਰਿਆਂ ਦਾ ਦੁੱਖ ਮੈਂ ਸਮਝਦੀ ਹਾਂ, ਪਰ ਮੈਨੂੰ ਦਾਦੀ ਮਾਂ ਦਾ ਵੀ ਦਰਦ ਦਿਖਦਾ ਹੈ। ਕਿਹੜਾ ਦਰਦ ਹੈ ਉਹਨਾਂ ਨੂੰ? ਸੁੱਖੀ ਸਾਂਦੀ ਪੂਰਾ ਭਰਿਆ ਪਰਿਵਾਰ ਹੈ ਉਹਨਾਂ ਦਾ ਇੱਥੇ। ਹਾਂਜੀ ਚਾਚੀ ਜੀ, ਸੁੱਖ ਨਾਲ ਭਰਿਆ ਭਰਿਆ ਪਰਿਵਾਰ ਹੈ ਉਹਨਾਂ ਦਾ ਇੱਥੇ, ਪਰ ਉਹਨਾਂ ਨੂੰ ਆਪਣੇ ਪੁਰਾਣੇ ਪਰਿਵਾਰ ਦਾ ਵੀ ਫਿਕਰ ਹੈ। ਉਹਨਾਂ ਨੂੰ ਸਭ ਪਤਾ, ਉਹਨਾਂ ਨੂੰ ਸਭ ਯਾਦ ਹੈ ਆਪਣੀ ਕੀਤੀ ਗਲਤੀ ਦਾ, ਕਿੱਦਾਂ ਆਪਣੇ ਪੁੱਤ ਨੂੰ ਛੱਡ ਕੇ ਆਏ ਸੀ ਉੱਥੇ। ਪਰ ਅੱਜ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਵੀ ਆਪਣਾ ਪਸ਼ਚਾਤਾਪ ਕਰਨ ਦਾ, ਪਰ ਅਸੀਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਇਹਦੇ ਵਿੱਚ? ਕੀ ਮਦਦ ਕਰ ਸਕਦੇ ਹਾਂ ਅਸੀਂ ਮੰਮੀ ਜੀ ਦੀ? ਮੰਮੀ ਜੀ, ਅਸੀਂ ਹਜੇ ਵੀ ਮਦਦ ਕਰ ਸਕਦੇ ਹਾਂ, ਸਮਰਾਟ ਨੂੰ ਇੱਥੇ ਬੁਲਾ ਸਕਦੇ, ਬੁਲਾਉਣਾ ਵੀ ਚਾਹੀਦਾ, ਹੁਣ ਉਹ ਦੱਸ ਸਕਦੇ ਹਾਂ ਕਿ ਉਹਦਾ ਕੀ ਰਿਸ਼ਤਾ ਦਾਦੀ ਮਾਂ ਦੇ ਨਾਲ, ਉਹਦਾ ਕੀ ਰਿਸ਼ਤਾ ਸਾਡੇ ਮਹਿਰਾ ਪਰਿਵਾਰ ਦੇ ਨਾਲ। ਉਸਦਾ ਕੋਈ ਰਿਸ਼ਤਾ ਨਹੀਂ ਹੈ ਮਹਿਰਾ ਪਰਿਵਾਰ ਦੇ ਨਾਲ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।